ਅਸੀਂ ਦੇਖਣਾ ਹੁੰਦਾ ਆ ਕਿ ਕਿਹੜਾ ਰੂਮ ਦੇ ਵਿੱਚ ਕਿਹੜਾ ਫੈਨ ਚੱਲਦੇ ਆ, ਪ੍ਰੋਪਰ ਕਰਦੇ ਆ, ਜਾਂ ਜਿਹੜੇ ਸਵਿਚਿਸ ਆ ਕੋਈ ਖਰਾਬ ਤਾਂ ਨਹੀਂ ਹੈਗਾ। ਮੇਰੇ ਕੋਲ ਸੈਨੀਟੇਸ਼ਨ ਡਿਪਾਰਟਮੈਂਟ ਹੈ ਜਿਹਨੂੰ ਸਫਾਈ ਮੰਤਰਾਲਾ ਕਿਹਾ ਜਾਂਦਾ ਹੈ। ਸਰ, ਅਸੀਂ ਇਸ ਸਕੂਲ ਦੇ ਵਿੱਚ ਇਸ ਸਕੂਲ ਦੇ ਮਿਆਰ ਪੱਧਰ ਨੂੰ ਉੱਚਾ ਚੱਕਣ ਦੇ ਵਾਸਤੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਰੱਖਦੇ ਹਾਂ। ਤੁਸੀਂ ਵਧੀਆ ਵਧੀਆ ਸਕੂਲ ਤਾਂ ਬਹੁਤ ਵੇਖੇ ਹੋਣਗੇ, ਪਰ ਜਦੋਂ ਗੱਲ ਸਰਕਾਰੀ ਸਕੂਲ ਦੀ ਆਵੇ ਤਾਂ ਮਨ ਖੱਟਾ ਹੋ ਜਾਂਦਾ। ਪਰ ਜਨਾਬ, ਅੱਜ ਤੁਹਾਨੂੰ ਕੁਝ ਅਜਿਹਾ ਦਿਖਾਉਣਾ ਹੈ ਜਿਸ ਦੇ ਨਾਲ ਤੁਹਾਡਾ ਮਨ ਖੱਟਾ ਨਹੀਂ ਬਲਕਿ ਰੂਹ ਖੁਸ਼ ਹੋ ਜਾਏਗੀ। ਇਹ ਸਕੂਲ ਹੈ ਹੁਸ਼ਿਆਰਪੁਰ ਦੇ ਪਿੰਡ ਢੱਡਾ ਫਤਿਹ ਸਿੰਘ ਦਾ, ਅਤੇ ਇਹ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਅਤੇ ਬੱਚਿਆਂ ਨੇ ਜੋ ਕੀਤਾ ਉਸ ਦੇ ਨਾਲ ਹੁਣ ਹਰ ਪਾਸੇ ਸ਼ਲਾਘਾ ਹੋਣ ਵਾਲੀ ਹੈ। ਬੇਸ਼ੱਕ ਦੇਸ਼ ਦੇ ਕੈਬਨਿਟ ਮੰਤਰੀ ਕੁਝ ਨਹੀਂ ਕਰਦੇ, ਪਰ ਇਸ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਅੱਗੇ ਵੱਡੇ ਵੱਡੇ ਮੰਤਰੀ ਵੀ ਫੇਲ ਨੇ। ਇਸ ਸਕੂਲ ਵੱਲੋਂ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਅਤੇ ਬਿਲਕੁਲ ਮੰਤਰੀਆਂ ਦੀ ਤਰ੍ਹਾਂ ਵਿਦਿਆਰਥੀਆਂ ਨੂੰ ਅਹੁਦੇ ਦਿੱਤੇ ਗਏ। ਕਿਸੇ ਨੂੰ ਵਣ ਅਤੇ ਜੰਗਲਾਤ ਵਿਭਾਗ ਦਾ ਮੰਤਰਾਲਾ ਮਿਲਿਆ, ਕਿਸੇ ਨੂੰ ਵਿੱਤ ਮੰਤਰੀ ਬਣਾਇਆ ਗਿਆ, ਕਿਸੇ ਨੂੰ ਐਜੂਕੇਸ਼ਨ ਮਿਨਿਸਟਰ ਅਤੇ ਕਿਸੇ ਨੂੰ ਪ੍ਰਧਾਨ ਮੰਤਰੀ। ਲਓ ਜੀ, ਸਕੂਲ ਦੀ ਪਹਿਲਾਂ ਤੁਸੀਂ ਸਫਾਈ ਵੇਖ ਲਓ। ਸਫਾਈ ਦੇ ਨਾਲ ਨਾਲ ਸਕੂਲ ਵਿੱਚ ਪੂਰਾ ਅਨੁਸ਼ਾਸਨ ਵੀ ਵਿਦਿਆਰਥੀਆਂ ਵੱਲੋਂ ਰੱਖਿਆ ਜਾ ਰਿਹਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀਆਂ ਦੀ ਮੀਟਿੰਗ ਲੈਂਦੇ ਨੇ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਵੱਲੋਂ ਇੱਥੇ ਵੀ ਆਪਣੇ ਮੰਤਰੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ। ਅਤੇ ਸਕੂਲ ਲਈ ਵਧੀਆ ਕੀ ਕੁਝ ਕੀਤਾ ਜਾ ਸਕਦਾ, ਉਸ ਲਈ ਜਿੱਥੇ ਵਿਚਾਰਾਂ ਹੁੰਦੀਆਂ ਨੇ ਉੱਥੇ ਪ੍ਰੈਕਟੀਕਲ ਵੀ ਹੁੰਦੇ ਨੇ। ਇਸ ਦਾ ਸਬੂਤ ਸਕੂਲ ਦੀ ਸਫਾਈ ਅਤੇ ਅਨੁਸ਼ਾਸਨ ਦੇ ਰਿਹਾ। ਤੁਹਾਨੂੰ ਇਹਨਾਂ ਕੈਬਨਿਟ ਮੰਤਰੀ ਬਣੇ ਵਿਦਿਆਰਥੀਆਂ ਪਾਸੋਂ ਹੀ ਸੁਣਾ ਦਿੰਦੇ ਹਾਂ ਕਿ ਉਹ ਕੰਮ ਕਿਵੇਂ ਕਰਦੇ ਨੇ। ਨਾਮ ਪ੍ਰਭਲੀਨ ਕੇ ਸਿੰਘ ਹੈ। ਕੀ ਕੰਮ ਕੀ ਆਪਣਾ ਡਿਪਾਰਟਮੈਂਟ ਕਰਾ? ਸਰ, ਰਿਪੇਅਰ ਐਂਡ ਮੇਨਟੇਨੈਂਸ ਡਿਪਾਰਟਮੈਂਟ ਆ। ਅਸੀਂ ਦੇਖਣਾ ਹੁੰਦਾ ਆ ਕਿ ਕਿਹੜਾ ਰੂਮ ਦੇ ਵਿੱਚ ਕਿਹੜਾ ਫੈਨ ਚੱਲਦੇ ਆ, ਪ੍ਰੋਪਰ ਕਰਦੇ ਆ, ਜਾਂ ਜਿਹੜੇ ਸਵਿਚਿਸ ਆ ਕੋਈ ਖਰਾਬ ਤਾਂ ਨਹੀਂ ਹੈਗਾ, ਜਾਂ ਬੈਂਚਿਸ ਵਗੈਰਾ ਵੀ ਅਸੀਂ ਦੇਖਦੇ ਹਾਂ ਕਿ ਕਿਹੜਾ ਸਹੀ ਹੈਗਾ ਕਿਹੜਾ ਨਹੀਂ ਹੈਗਾ, ਤਾਂ ਕਿ ਕੋਈ ਪ੍ਰੋਬਲਮ ਨਾ ਹੋਵੇ। ਅਤੇ ਸਰ, ਬਾਕੀ ਹੋਰ ਜਿਕਤੇ ਵੀ ਕੁਛ ਰਿਪੇਅਰ ਕਰਨ ਵਾਲਾ ਆ, ਜਾਂ ਕਿਤੇ ਪੇਂਟਿੰਗ ਦਾ ਕੋਈ ਕੰਮ ਆ, ਜਾਂ ਕਿਤੇ ਹੋਰ ਵੀ ਰਿਪੇਅਰ, ਜਿੱਥੇ ਵੀ ਰਿਪੇਅਰ ਕਰਨੀ ਹੋਵੇ ਉੱਥੇ ਕਰਦੇ ਹਾਂ। ਅਤੇ ਅਗਲਾ ਕੀ ਕੰਮ ਕਰੇ ਕੀ ਕਰਦੇ, ਕਿਹਨੂੰ ਫੋਕਸ ਕਰਨ ਦੀ ਹੈ, ਕਿਹਨੂੰ ਦੱਸਦੇ ਜਾ ਕੇ? ਸਰ, ਫਿਰ ਅਸੀਂ ਆਪਣੇ ਜਿਹੜੇ ਸਾਡੇ ਟੀਚਰਸ ਆ ਸਾਨੂੰ ਨਾਲ ਆਏ ਹੋਏ, ਜਿੱਦਾਂ ਕਿ ਜਸਪ੍ਰੀਤ ਸਰ ਆ, ਹਰਪ੍ਰੀਤ ਸਰ ਆ, ਅਸੀਂ ਉਹਨਾਂ ਨੂੰ ਜਾ ਕੇ ਦੱਸਦੇ ਹਾਂ, ਫਿਰ ਉਹ ਅੱਗੇ ਹੋਰ ਬੱਚਿਆਂ ਦੀ ਹੈਲਪ ਦੇ ਨਾਲ ਜਾਂ ਟੀਚਰਸ ਦੀ ਹੈਲਪ ਦੇ ਨਾਲ ਫਿਰ ਉਹਨੂੰ ਰਿਪੇਅਰ ਕਰਵਾ ਦਿੰਦੇ ਆ। ਜਾਂ ਜਦ ਤੱਕ ਤੁਸੀਂ ਡਿਪਾਰਟਮੈਂਟ ਸੰਭਾਲਿਆ ਕਿੰਨਾ ਕੁ ਫਰਕ ਪਿਆ ਮੈਂਟੀ ਨਾਲ? ਸਰ, ਅੱਗੇ ਨਾਲੋਂ ਕਾਫੀ ਫਰਕ ਪਿਆ ਆ। ਪਹਿਲੇ ਕਹਿ ਦੇਣਾ ਅਤੇ ਕਿਸੇ ਨੇ ਕੋਈ ਬਹੁਤਾ ਫੋਕਸ ਨਹੀਂ ਕਰਨਾ, ਹੁਣ ਹਰ ਇੱਕ ਨੂੰ ਆਪਣੀ ਡਿਊਟੀ ਦਾ ਪਤਾ ਆ ਕਿਹਨੇ ਕੀ ਕਰਨਾ ਆ ਕੀ ਨਹੀਂ ਕਰਨਾ ਹੈਗਾ, ਅਤੇ ਫਿਰ ਸਾਰੇ ਆਪਣੀ ਆਪਣੀ ਡਿਊਟੀ ਵੱਲ ਧਿਆਨ ਦਿੰਦੇ ਹੈਗੇ ਆ। ਅਤੇ ਹੁਣ ਸਕੂਲ ਦੀ ਸੈਨੀਟੇਸ਼ਨ ਮੰਤਰੀ ਨਾਲ ਵੀ ਮਿਲਾ ਦਿੰਦੇ ਆ, ਇਹਨਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਸੁਣੋ। ਮੇਰੇ ਕੋਲ ਸੈਨੀਟੇਸ਼ਨ ਡਿਪਾਰਟਮੈਂਟ ਹੈ ਜਿਹਨੂੰ ਸਫਾਈ ਮੰਤਰਾਲਾ ਕਿਹਾ ਜਾਂਦਾ ਹੈ। ਇਸ ਮੰਤਰਾਲੇ ਵਿੱਚ ਦੋ ਕੈਬਨਿਟ ਬਣਾਏ ਗਏ ਹਨ, ਇੱਕ ਲਵਪ੍ਰੀਤ ਸਿੰਘ, ਇੱਕ ਕਮਲਦੀਪ, ਜਿਹੜਾ ਜੋ ਕਿ ਮੈਂ ਹਾਂ। ਅਸੀਂ ਦੋਵਾਂ ਨੇ ਹਰ ਇੱਕ ਏਰੀਆ ਨੂੰ ਚਾਰ ਏਰੀਆਸ ਵਿੱਚ ਡਿਵਾਈਡ ਕਰਤਾ। ਜਿਹੜਾ ਪੂਰਾ ਸਕੂਲ ਕੈਂਪਸ ਆ ਉਹਨੂੰ ਚਾਰ ਹਿੱਸਿਆਂ ਵਿੱਚ, ਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ। ਜਿੱਦਾਂ ਕਿ ਦੋ ਜਿਹੜੇ ਹਿੱਸੇ ਆ ਵਾਲੇ, ਇਹ ਮੇਰੇ ਤੋਂ ਤਾਂ ਲਵਪ੍ਰੀਤ ਸਿੰਘ ਜੀ ਤੋਂ ਕੋਲ ਹੈ। ਅਸੀਂ ਸਵੇਰੇ 7:40 'ਤੇ ਆ ਕੇ ਇਸ ਕੰਪਾਊਂਡ ਦੀ ਸਫਾਈ ਦੇਖੀ ਜਾਂਦੀ ਹੈ, ਕਿਉਂਕਿ ਇਸ ਕੰਪਾਊਂਡ ਵਿੱਚ ਸਭ ਤੋਂ ਪਹਿਲੇ ਪ੍ਰੇਅਰ ਹੁੰਦੀ ਹੈ, ਇਸ ਕਰਕੇ ਇਹਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ। ਜਿਸ ਦਿਨ ਤੋਂ ਕੈਬਨਿਟ ਦਾ ਅਵਿਸ਼ਕਾਰ ਹੋਇਆ ਉਸ ਦਿਨ ਤੋਂ ਸਕੂਲ ਦੀ ਸਫਾਈ ਵਿੱਚ
ਕਾਫੀ ਤਬਦੀਲੀ ਆਈ ਹੈ। ਬੱਚੇ ਜਾਗਰੂਕ ਹੁੰਦੇ ਆ ਸਫਾਈ ਵੱਲ ਅਤੇ ਸਕੂਲ ਕੈਂਪਸ ਨੂੰ ਸਾਫ਼ ਸੁਥਰਾ ਰੱਖਣ ਦੇ ਵਿਸ਼ੇਸ਼ ਮੁਹਿੰਮ ਬਣਾਏ ਜਾਂਦੇ ਹਨ। ਜਿੱਦਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈ ਕਿ ਸਵੱਛ ਭਾਰਤ ਅਭਿਆਨ ਇੱਕ ਦਿਨ ਦਾ ਮੁਹਿੰਮ ਨਹੀਂ ਹੈ, ਹਰ ਦਿਨ ਚੱਲਣੇ ਵਾਲਾ ਹੈ। ਇਹੀ ਜਾਗਰੂਕਤਾ ਅਸੀਂ ਆਪਣੇ ਕੋ ਕੈਬਨਿਟਸ ਦੇ ਵਿੱਚ ਜਗਾਈ ਹੋਈ ਹੈ। ਇਹ ਨੇ ਸਕੂਲ ਦੇ ਵਿੱਤ ਮੰਤਰੀ, ਇਹਨਾਂ ਵੱਲੋਂ ਵੀ ਆਪਣੀ ਖੂਬ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਇਹ ਕੀ ਕਹਿ ਰਹੇ ਨੇ ਉਹ ਵੀ ਸੁਣ ਲਓ। ਸਾਡਾ ਵਿੱਤ ਮੰਤਰਾਲਾ ਹੈ ਅਤੇ ਹੁਣ ਤੱਕ ਕੀ ਡਿਵੈਲਪ ਕੀਤਾ ਤੁਹਾਡੇ ਮੰਤਰਾਲੇ 'ਚ? ਸਰ, ਸਾਡੇ ਵਿੱਤ ਮੰਤਰਾਲੇ ਨੇ ਹੁਣ ਤੱਕ ਜਿਹੜਾ ਕੀਤਾ ਕਿ ਜੇ ਕੋਈ ਕਲਾਸ ਦੇ ਵਿੱਚ ਵਾਧੂ ਫੈਨ ਚੱਲ ਰਹੇ ਆ ਜਾਂ ਲਾਈਟ ਚੱਲ ਰਹੇ ਆ, ਉਹਨਾਂ ਨੂੰ ਉਸ ਕਲਾਸ ਨੂੰ ਅਸੀਂ ਜਿਹੜਾ ਫਾਈਨ ਲਗਾ ਰਹੇ ਹਾਂ। ਅਤੇ ਇਸੇ ਤਰ੍ਹਾਂ ਕੋਈ ਹੋਰ ਜਿਹੜੇ ਡਿਪਾਰਟਮੈਂਟਸ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ, ਜਾਂ ਜਿਹੜੇ ਬੱਚੇ ਆਪਣੀ ਕਲਾਸਰੂਮ ਨੂੰ ਸਾਫ਼ ਨਹੀਂ ਕਰਦੇ, ਡਸਟਬੀਨ ਜਿਹੜੇ ਆ ਕਲਾਸ ਦੇ ਵਿੱਚ ਭਰੇ ਪਏ ਆ, ਅਸੀਂ ਉਸ ਕਲਾਸ ਦੇ ਵਿੱਚ ਜਾ ਕੇ ਉਹਨਾਂ ਸਟੂਡੈਂਟਸ ਨੂੰ ਜਿਹੜਾ ਆ ਫਾਈਨ ਕਰ ਰਹੇ ਹਾਂ। ਅਤੇ ਅੱਜ ਹੁਣ ਤੱਕ ਸਾਡੇ ਕੋਲ 1,000 ਰੁਪਇਆ ਫਾਈਨ ਹੋ ਚੁੱਕਿਆ ਹੈ, ਜਿਹਨੂੰ ਕਿ ਅਸੀਂ ਆਪਣੇ ਟੀਚਰਸ ਨੂੰ ਜਮ੍ਹਾਂ ਕਰਵਾ ਰਹੇ ਹਾਂ ਅਤੇ ਬਾਅਦ ਵਿੱਚ ਉਹਦਾ ਜਿਹੜਾ ਯੂਜ਼ ਆ ਅਸੀਂ ਸਕੂਲ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਆ ਉਹਨੂੰ ਯੂਜ਼ ਕਰਾਂਗੇ। ਅਤੇ ਜਿਸ ਤਰ੍ਹਾਂ ਕਿ ਫੇਅਰਵੈਲ ਹੋਣਗੇ, ਅਸੀਂ ਉਹਦੇ ਵਿੱਚ ਵੀ ਆਪਣਾ ਜਿਹੜਾ ਫਾਈਨ ਕਲੈਕਟ ਕੀਤਾ ਉਹਨੂੰ ਯੂਜ਼ ਕਰ ਰਹੇ ਹਾਂ। ਅਤੇ ਹੁਣ ਸਮਾਂ ਆ ਗਿਆ ਤੁਹਾਨੂੰ ਪ੍ਰਧਾਨ ਮੰਤਰੀ ਦੇ ਨਾਲ ਮਿਲਾਉਣ ਦਾ। ਇਹ ਸਾਹਿਬ ਨੇ ਪ੍ਰਧਾਨ ਮੰਤਰੀ, ਜੀ ਹਾਂ, ਸਰਦਾਰ ਜੀ ਨੂੰ ਪ੍ਰਧਾਨ ਮੰਤਰੀ ਦੀ ਸੇਵਾ ਦਿੱਤੀ ਗਈ ਹੈ ਅਤੇ ਇਹ ਕੀ ਕਹਿ ਰਹੇ ਨੇ ਉਹ ਵੀ ਜ਼ਰਾ ਸੁਣ ਕੇ ਲਵੋ। ਸਰ, ਅਸੀਂ ਇਸ ਸਕੂਲ ਦੇ ਵਿੱਚ ਇਸ ਸਕੂਲ ਦੇ ਮਿਆਰ ਪੱਧਰ ਨੂੰ ਉੱਚਾ ਚੱਕਣ ਦੇ ਵਾਸਤੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਰੱਖਦੇ ਹਾਂ, ਜਿਸ ਦੇ ਵਿੱਚ ਅਸੀਂ ਟੀਚਰਾਂ ਨਾਲ ਅਤੇ ਅਸੀਂ ਆਪਣੇ ਬਾਕੀ ਕੈਬਨਿਟ ਮਿਨਿਸਟਰਾਂ ਨਾਲ ਸਲਾਹ ਕਰਦੇ ਹਾਂ ਅਤੇ ਜਿਹੜੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਉਹ ਅਸੀਂ ਆਪਣੇ ਪ੍ਰਿੰਸੀਪਲ ਸਰ ਨੂੰ ਦੱਸ ਕੇ ਦੂਰ ਕੀਤੀਆਂ ਜਾਂਦੀਆਂ। ਹੁਣ ਤੱਕ ਕਿੰਨਾ ਕੁ ਵਿਸਤਾਰ ਹੋ ਚੁੱਕਾ ਤੱਕ ਤੋਂ ਲੈ ਕੇ ਹੁਣ ਤੱਕ ਕੀ ਫਰਕ ਪਿਆ? ਹੁਣ ਤੱਕ ਸਰ ਜੀ ਬਹੁਤ ਵਿਕਾਸ ਹੋ ਚੁੱਕਾ ਸਕੂਲ ਦਾ। ਜਿਵੇਂ ਕਿ ਪਹਿਲਾਂ ਸਰ ਇਸ ਸਕੂਲ ਦੇ ਵਿੱਚ ਕੈਬਨਿਟ ਨਹੀਂ ਸੀਗੇ ਤਾਂ ਇਸ ਸਕੂਲ ਦੇ ਵਿੱਚ ਥੋੜ੍ਹਾ ਬਹੁਤਾ ਅਨਡਿਸਿਪਲਨ ਕ੍ਰੀਏਟ ਹੁੰਦਾ ਸੀ, ਪਰ ਹੁਣ ਸਰ ਜਿੱਦਾਂ ਕੈਬਨਿਟ ਮਿਨਿਸਟਰ ਬਣਾ ਦਿੱਤੇ ਗਏ ਆ ਅਤੇ ਸਟੂਡੈਂਟ ਦੀਆਂ ਡਿਊਟੀਆਂ ਲਗਾ ਦਿੱਤੀਆਂ, ਵੱਖ ਵੱਖ ਕੰਮਾਂ 'ਤੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਅਤੇ ਪੂਰਾ ਇਸ ਸਕੂਲ ਦਾ ਵਿਕਾਸ ਹੋ ਰਿਹਾ ਹੈ ਕੈਬਨਿਟ ਮਿਨਿਸਟਰ ਬਣਨ ਦੇ ਨਾਲ। ਇਹ ਸਨ ਸਕੂਲ ਦੇ ਪ੍ਰਧਾਨ ਮੰਤਰੀ ਸਰਦਾਰ ਬਲਵਿੰਦਰ ਸਿੰਘ ਅਤੇ ਹੁਣ ਤੁਹਾਨੂੰ ਮਿਲਾਉਂਦੇ ਹਾਂ ਸਕੂਲ ਦੇ ਪ੍ਰਿੰਸੀਪਲ ਦੇ ਨਾਲ, ਜਿਨ੍ਹਾਂ ਵੱਲੋਂ ਇਹ ਸਾਰਾ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਲਓ ਜੀ, ਫਿਰ ਮਿਲੋ ਸਕੂਲ ਦੇ ਪ੍ਰਿੰਸੀਪਲ ਸ਼ੈਲਿੰਦਰ ਸਿੰਘ ਦੇ ਨਾਲ, ਉਹ ਇਸ ਸਾਰੇ ਉਪਰਾਲੇ ਬਾਰੇ ਕੀ ਕਹਿ ਰਹੇ ਨੇ ਜ਼ਰਾ ਗੌਰ ਕਰਿਓ। ਕੈਬਨਿਟ ਕ੍ਰੀਏਟ ਕਰਨ ਦਾ ਸਾਡਾ ਇਹ ਮੋਟਿਵ ਹੈਗਾ ਕਿ ਬੱਚਿਆਂ ਦੇ ਵਿੱਚ ਇੱਕ ਜ਼ਿੰਮੇਵਾਰੀ ਦੀ ਭਾਵਨਾ ਜਿਹੜੀ ਹੈਗੀ ਹੈ ਉਹਨੂੰ ਪੈਦਾ ਕੀਤਾ ਜਾ ਸਕੇ, ਕਿਉਂਕਿ ਇਹ ਬੱਚੇ ਜਿਹੜੇ ਹੈਗੇ ਆ ਜਿਹਨਾਂ ਨੂੰ ਅਸੀਂ ਜਿਹੜੀ ਸ਼ੇਪ ਦੇਵਾਂਗੇ ਉਸ ਤਰ੍ਹਾਂ ਦਾ ਹੀ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਔਰ ਦੂਸਰਾ ਸਾਡਾ ਮੋਟਿਵ ਹੈ ਕਿ ਬੱਚਿਆਂ ਦੇ ਅੰਦਰ ਅਨੁਸ਼ਾਸਨ ਜਿਹੜਾ ਹੈਗਾ ਉਹਨੂੰ ਪੈਦਾ ਕੀਤਾ ਜਾ ਸਕੇ। ਜਿਸ ਤਰ੍ਹਾਂ ਅਸੀਂ ਕਿਸੇ ਬੱਚੇ ਨੂੰ ਇੱਕ ਜ਼ਿੰਮੇਵਾਰੀ ਦਿੰਦੇ ਹੈਗੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਬਾਖੂਬੀ ਉਸਨੂੰ ਅੱਗੇ ਲੈ ਕੇ ਜਾਂਦਾ, ਸੋ ਇਹਦੇ ਨਾਲ ਇਹ ਬੱਚੇ ਜਿਹੜੇ ਹੈਗੇ ਆ ਇਸ ਸਕੂਲ ਦੇ ਨਾਲ ਆਪਣਾ ਲਗਾਓ ਵੀ ਰੱਖਣਗੇ, ਇੱਥੇ ਅਨੁਸ਼ਾਸਨ ਵੀ ਬਣਾ ਕੇ ਰੱਖਣਗੇ, ਔਰ ਨਾਲ ਦੀ ਨਾਲ ਇਹ ਬੱਚੇ ਜਿਹੜੇ ਹੈਗੇ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ 'ਤੇ ਕੰਮ ਕਰਨਗੇ। ਅਤੇ ਸਭ ਤੋਂ ਵੱਡਾ ਮੋਟਿਵ ਜਿਹੜਾ ਹੈਗਾ ਸਾਡਾ ਇਹ ਹੈਗਾ ਕਿ ਇਹਨਾਂ ਨੂੰ ਸਾਡੇ ਦੇਸ਼ ਅੰਦਰ ਚੱਲ ਰਹੇ ਲੋਕਤਾਂਤਰਿਕ ਢਾਂਚਾ ਜਿਹੜਾ ਹੈਗਾ ਉਹਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਇਸ ਰਾਹੀਂ ਅਸੀਂ ਦੇਣ ਦੀ ਕੋਸ਼ਿਸ਼ ਕੀਤੀ। ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ, ਕਿਉਂਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਵੀ ਇਹ ਉਪਰਾਲਾ ਪਿੱਛੇ ਛੱਡ ਰਿਹਾ। ਅਜਿਹੇ ਸਕੂਲਾਂ ਨੂੰ ਸਰਕਾਰ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਤਾਂ ਜੋ ਅਜਿਹੇ ਸਕੂਲੀ ਪ੍ਰਬੰਧਕਾਂ ਤੋਂ ਹੋਰ ਸਰਕਾਰੀ ਅਧਿਆਪਕ ਵੀ ਕੁਝ ਸਿੱਖਿਆ ਲੈ ਸਕਣ। ਖੈਰ, ਇਹਨਾਂ ਸਾਰਿਆਂ ਨੂੰ ਸਲੂਟ ਕਰਨਾ ਜ਼ਰੂਰ ਬਣਦਾ ਅਤੇ ਪੰਜਾਬੀ ਲੋਕ ਚੈਨਲ ਇਹਨਾਂ ਦੇ ਇਸ ਉਪਰਾਲੇ ਨੂੰ ਸਲਾਮ ਕਰਦਾ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ, ਪੰਜਾਬੀ ਲੋਕ ਚੈਨਲ।